ਪੰਜਾਬ ਸਰਕਾਰ ਵੱਲੋਂ ਪਿਛਲੀ ਕੈਪਟਨ ਸਰਕਾਰ ਦੇ ਪਾਚਿਨਾਂ ਤੇ ਚੱਲਦਿਆਂ ਹੋਈ ਵੱਖ-ਵੱਖ ਰੋਜ਼ਗਾਰ ਮੇਲਿਆਂ ਦਾ ਆਯੋਜਨ ਜਿਹੜਾ ਉਹ ਜ਼ਿਲ੍ਹਾ ਪੱਧਰ ਤੇ ਕੀਤਾ ਜਾ ਰਿਹਾ। ਸ਼੍ਰੀ ਮੁਕਤਸਰ ਸਾਹਿਬ ਵਿਖੇ 2 ਦਿਨ ਪਹਿਲਾਂ ਮਲੋਟ 'ਚ ਇੱਕ ਜੌਬ ਫੇਅਰ ਲੱਗਿਆ ਤੇ ਅੱਜ ਜਿਹੜਾ ਦੂਸਰਾ ਜੌਬ ਫੇਅਰ ਆ ਸ਼੍ਰੀ ਮੁਕਤਸਰ ਸਾਹਿਬ ਦੇ DBDC 'ਚ ਲੱਗ ਰਿਹਾ। ਵੱਖ-ਵੱਖ ਕੰਪਨੀਆਂ ਦੇ ਇੱਥੇ ਆਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਵੱਡੇ ਪੈਕੇਜਾਂ ਦੀ ਗੱਲ ਕੀਤੀ ਜਾ ਰਹੀ ਹੈ ਔਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਲਈ ਕਾਫੀ ਸਮਾਂ ਪਹਿਲਾਂ ਜਿਹੜੀ ਅਸੀਂ ਕਹਿ ਦਈਏ ਕਹਿੰਦੀ ਐਡਵਰਟਾਈਜ਼ਮੈਂਟ ਜਿਹੜੀ ਆ ਪ੍ਰਸ਼ਾਸਨ ਦੇ ਵੱਖ-ਵੱਖ ਅਧਿਕਾਰੀਆਂ ਵੱਲੋਂ ਸ਼ੁਰੂ ਹੋ ਗਈ ਸੀ। ਜੌਬ ਫੇਅਰ ਦੀ ਸੱਚਾਈ ਕੀ ਹੈ, ਕਿੰਨੇ ਨੌਜਵਾਨ ਇਸ ਤੋਂ ਖੁਸ਼ ਨੇ, ਕਿੰਨੇ ਨਾ ਖੁਸ਼ ਨੇ, ਸਾਰਿਆਂ ਨਾਲ ਗੱਲਬਾਤ ਕਰਾਂਗੇ ਔਰ ਨੌਜਵਾਨ ਕੀ ਸੋਚਦੇ ਨੇ ਜੌਬ ਫੇਅਰ ਦੇ ਬਾਰੇ ਕਿ ਜਿਹੜੇ ਵਿਸ਼ਵਾਸ, ਜਿਹੜੀ ਐਡਵਰਟਾਈਜ਼ਮੈਂਟ, ਜਿਹੜੀਆਂ ਕੰਪਨੀਆਂ ਦੇ ਬੈਨਰ ਲੱਗੇ ਨੇ ਉਹ ਕੰਪਨੀਆਂ ਉਸੇ ਪੈਕੇਜ ਨੂੰ ਦੇਣ ਲਈ ਇਸ ਜੌਬ ਫੇਅਰ ਤੇ ਪਹੁੰਚੀਆਂ ਨੇ ਜਾਂ ਨਹੀਂ ਪਹੁੰਚੀਆਂ। ਸਿੱਧੀ ਗੱਲਬਾਤ ਨੌਜਵਾਨਾਂ ਨਾਲ ਕਰਾਂਗੇ, ਆਓ ਤੁਹਾਨੂੰ ਜੌਬ ਫੇਅਰ ਤੇ ਲੈ ਚੱਲਦੇ ਹਾਂ। ਜਿਹੜੀ ਚੀਜ਼ ਬਾਹਰਲੇ ਪਾਸੇ ਲਿਖੀ ਹੋਈ ਹੈ ਨਾ ਉਹ ਦਰਅਸਲ ਨਹੀਂ ਹੈਗੀ, ਜੋ ਚੀਜ਼ ਆਪਾਂ ਦੇਖਣੀ ਚਾਹੁੰਦੇ ਸੀ ਜਿਹਦੇ ਕਰਕੇ ਮਤਲਬ ਕਿ ਆਏ ਹੋਏ ਆ ਸਾਰੇ ਬੱਚੇ, ਸਾਰੇ ਪੜ੍ਹੇ ਲਿਖੇ ਬੇਰੁਜ਼ਗਾਰ ਤੁਹਾਡੇ ਸਾਹਮਣੇ, ਤੁਹਾਨੂੰ ਵੀ ਪਤਾ ਹੀ ਆ ਨਾ। ਪਰ ਜਿਹੜੀਆਂ ਚੀਜ਼ਾਂ ਬਾਹਰ ਪੈਕੇਜ ਲਿਖੇ ਹੋਏ ਉਹ ਨਹੀਂ ਹੈਗੇ, ਜਿਹੜੀਆਂ ਚੀਜ਼ਾਂ ਆਪਾਂ ਚਾਹੁੰਦੇ ਸੀ ਜਿਹਦੇ ਕਰਕੇ ਆਪਾਂ ਆਏ ਹਾਂ ਇੰਨੀ ਦੂਰੋਂ, ਔਰ ਟਾਈਮ ਵੀ ਵੇਸਟ ਕੀਤਾ। ਔਰ ਇੱਥੇ ਅੰਦਰ ਜਦੋਂ ਜਾਂਦੇ ਹਾਂ ਕਈ ਕੰਪਨੀਆਂ ਐਸੀਆਂ ਹੈਗੀਆਂ ਜਿਹੜੀਆਂ ਆਈਆਂ ਹੀ ਨਹੀਂ ਔਰ ਅੱਛੇ ਅੱਛੇ ਪੈਕੇਜ ਲਿਖੇ ਹੋਏ ਆ ਪਰ ਉਹ ਅੰਦਰ ਜਾਂਦੇ ਹਾਂ ਜਦੋਂ ਉਹ ਚੀਜ਼ ਹੈ ਨਹੀਂ। ਕਿੰਨ ਤੁਹਾਡੀ ਕੁਆਲੀਫਿਕੇਸ਼ਨ ਕੀ ਹੈਗੀ ਹੈ? ਮੇਰੀ ਹੈਗੀ ਹੈ ਜੀ BA BEd MA ਥੀਏਟਰ ਆਰਟਿਸਟ ਹੈਗਾ ਮੈਂ। ਕੋਈ ਮਿਲੀ ਬੇਸ ਦੀ ਆਪਦੀ ਜੋ? ਕੁਛ ਵੀ ਨਹੀਂ ਮਿਲਿਆ ਔਰ ਕਾਫੀ ਮੈਂ ਪਿਛਲੇ ਦਿਨ ਹੀ ਮਲੋਟ ਵੀ ਗਿਆ ਹੋਇਆ, ਮਲੋਟ ਵੀ ਬਸ ਐਂ ਸੀ ਤੇ ਇੱਥੇ ਵੀ ਆਈ ਹਾਂ ਸੇਮ ਹੀ। ਯਹਾਂ ਪਰ ਬਹੁਤ ਦਿੱਕਤ ਆ ਰਹੀ ਹੈ, ਕੋਈ ਜੋਬ ਮਿਲ ਨਹੀਂ ਰਹੀ। ਜੋ ਕੰਪਨੀਜ਼ ਲਿਖੀ ਹੋਈ ਹੈ ਬਾਹਰ, ਕਿਆ ਉਹ ਆਏ ਜੋਬ ਕੇ ਲਈ? ਨੋ ਸਰ, ਬਈ ਜੋ ਹਮਾਰੀ ਗ੍ਰੈਜੂਏਸ਼ਨ ਕੇ ਮੁਤਾਬਕ ਆ ਉਹ ਹਮਕੋ ਨਹੀਂ ਮਿਲ ਰਹੀ ਔਰ ਹਮਾਰੇ ਨੌਜਵਾਨ ਕਾ ਬਹੁਤ ਬੁਰਾ ਹਾਲ ਹੈ। ਇੱਥੇ ਆਏ ਸੀ ਰੁਜ਼ਗਾਰ ਮੇਲੇ 'ਚ ਪਰ ਉਹ ਮਿਲਿਆ ਨਹੀਂ ਜੀ ਬੈਨੀਫਿਟ, ਕਈ ਕੰਪਨੀਆਂ ਆਈਆਂ ਨਹੀਂ ਜੀ ਇੱਥੇ, ਐਵੇਂ ਖਰਾਬ ਹੋਈ ਜਾਂਦੀ ਜੀ ਵੈਸੇ ਜੀ। ਕਿੰਨਵਾਂ ਰੁਜ਼ਗਾਰ ਮੇਲਾ ਤੁਸੀਂ ਜਿਹਨ 'ਤੇ ਆਏ ਹੈਗੇ ਹੋ? ਇਹ ਕਾਫੀ ਲੰਘੇ ਅੰਦਾਜ਼ੇ ਨਾਲ ਜੀ। ਓਕੇ, ਕੀ ਲੱਗਦਾ ਜੇ ਮਾਨ ਸਰਕਾਰ ਕਹਿ ਕੇ ਆਈ ਸੀ ਵੀ ਅਸੀਂ ਨੌਕਰੀਆਂ ਦੇਵਾਂਗੇ, ਉਹ ਜਿੱਦਾਂ ਪਹਿਲਾਂ ਕੈਪਟਨ ਸਰਕਾਰ ਰੁਜ਼ਗਾਰ ਮੇਲੇ ਲਾਉਂਦੇ ਸੀ ਉੱਦਾਂ ਹੀ ਇਹ ਲਾ ਰਹੇ, ਕੋਈ ਫਰਕ ਲੱਗਦਾ ਤੁਹਾਨੂੰ? ਨਹੀਂ ਜੀ, ਹਜੇ ਤਾਂ ਸਾਨੂੰ ਤਾਂ ਮਹਿਸੂਸ ਨਹੀਂ ਹੋਈ। ਅੱਜ ਕੋਈ ਜਿਹਦੀ ਆਸ਼ਾ ਕਰਕੇ ਆਏ ਸੀਗੇ ਕੋਈ ਮਿਲੀ ਜੋਬ ਉਸ ਹਾਨ ਦੀ ਕੋਈ? ਨਹੀਂ ਜੀ, ਐਕਸਪੀਰੀਅੰਸ ਹੈਗਾ ਮੈਨੂੰ ਜਿਹੜੀ ਜੋਬ ਕਰਦਾ ਸੀ, ਮੈਂ ਚਲੋ ਚੰਗਾ ਚੰਗਾ ਲੱਗਿਆ ਹੈਗਾ ਚੱਲੇਗੀ, ਪਰ ਜਿਹੜੀਆਂ ਕੰਪਨੀਆਂ ਨੇ ਦੱਸੀਆਂ ਇਹਨਾਂ ਨੇ ਵਧੀਆ ਕੰਪਨੀਆਂ, ਉਹਨਾਂ 'ਚ ਕੋਈ ਕੰਪਨੀ ਨਹੀਂ ਆਈ। ਤੁਸੀਂ ਜਿਹੜੀ ਆਸ ਨਾਲ ਆਏ ਸੀਗੇ ਕੀ ਲੱਗਦਾ ਹੈਗਾ ਉਹ ਆਸ ਪੂਰੀ ਹੋਈ, ਕੋਈ ਜੋਬ ਮਿਲੀ ਕੋਈ? ਨਹੀਂ ਕੋਈ ਆਸ ਨਹੀਂ ਪੂਰੀ ਹੋਈ, ਕਮ ਸੇ ਕਮ 2-2.5 ਘੰਟੇ ਖਰਾਬ ਹੀ ਹੋਏਗਾ ਗਰਮੀ ਵਿੱਚ, ਇੱਥੇ ਕੋਈ ਫਾਇਦਾ ਨਹੀਂ ਹੋਇਆ। ਜਿੰਨੀਆਂ ਕੰਪਨੀਆਂ ਬੋਰਡ 'ਤੇ ਬਾਹਰ ਲਿਖੀਆਂ ਇਹਨਾਂ 'ਚੋਂ ਆਈਆਂ ਕਿੰਨੀਆਂ ਕੁ ਹੈ? ਮਤਲਬ ਤਕਰੀਬਨ ਇਹਨਾਂ 'ਚ ਮਤਲਬ ਇਹਨਾਂ ਨੇ 30 ਲਿਖੀਆਂ ਜੀ, ਵਿੱਚੋਂ ਮਤਲਬ 10-12 ਹੀ ਹੋਣਗੀਆਂ। ਓਕੇ, ਕੋਈ ਜਿਹੜੀ ਚੰਗੀ ਕੰਪਨੀ ਜਿਹੜੀਆਂ ਲਿਖੀਆਂ ਉਹਨਾਂ 'ਚ ਕੋਈ ਨਹੀਂ ਹੈ। ਸਰਕਾਰ ਨੂੰ ਕੀ ਕਹੋਗੇ? ਸਰਕਾਰ ਨੂੰ ਕਹਿਣਾ ਜੀ ਸਾਰੇ ਨੌਜਵਾਨ ਬੇਰੁਜ਼ਗਾਰ ਫਿਰਦੇ, ਦੇਖੋ ਜੀ ਕਿੰਨੀ ਜਨਤਾ ਬੇਰੁਜ਼ਗਾਰ ਆ, ਮੁੰਡੇ ਕੁੜੀਆਂ ਇੱਥੇ ਨਿਗਾਹ ਮਾਰ ਲਓ ਅਤੇ ਕੋਈ ਸਰਕਾਰ ਨੌਕਰੀਆਂ ਦੇ ਵੱਧ ਤੋਂ ਵੱਧ, ਤਾਂ ਜੋ ਆਪਣੀ ਬੇਰੁਜ਼ਗਾਰੀ ਘਟੇ, ਨਸ਼ਾ ਪ੍ਰਮੋਟ ਹੋ ਰਿਹਾ ਇੰਨਾ ਲੋਕ ਹੋ ਰਿਹਾ ਉਹ ਘਟੂਗਾ, ਨੌਕਰੀ ਮਿਲਣਗੀਆਂ ਲੋਕਾਂ ਨੂੰ, ਕੰਮ ਮਿਲੂਗਾ ਬੱਚਿਆਂ ਨੂੰ, ਪੜ੍ਹਾਈ ਦਾ ਇੰਨਾ ਬੱਚੇ ਕਰਦੇ ਜੀ, ਕੋਈ ਰੋਜ਼ਗਾਰ ਤਾਂ ਮਿਲਦਾ ਨਹੀਂ। ਦੂਜੇ ਰੋਜ਼ਗਾਰ ਮੇਲੇ ਤੋਂ ਬਾਹਰ ਆਏ ਹਾਂ, ਨੌਜਵਾਨ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੋਈ ਆ ਬਹੁਤੇ ਨੌਜਵਾਨਾਂ ਦੇ ਵਿੱਚ ਨਿਰਾਸ਼ਾ, ਸਭ ਤੋਂ ਵੱਡੀ ਨਿਰਾਸ਼ਾ ਇਸ ਗੱਲ ਨੂੰ ਲੈ ਕੇ ਆ ਕਿ ਜਿੰਨੀਆਂ ਕੰਪਨੀਆਂ ਬਾਹਰਲੇ ਪਾਸੇ ਬੋਰਡਸ 'ਤੇ ਦਰਸਾਈਆਂ ਗਈਆਂ ਨੇ ਉਹ ਕੰਪਨੀਆਂ ਹੀ ਇੱਥੇ ਉਨੀ ਗਿਣਤੀ ਦੇ ਵਿੱਚ ਨਹੀਂ ਪਹੁੰਚੀਆਂ ਹੋਈਆਂ। ਦੂਸਰੀ ਗੱਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਜਿਸ ਪੈਟਰਨ 'ਤੇ ਕਾਂਗਰਸ ਸਰਕਾਰ ਰੋਜ਼ਗਾਰ ਮੇਲੇ ਲਾਉਂਦੀ ਰਹੀ ਹੈ, ਟਾਰਗੇਟ ਬੇਸ ਦੀਆਂ ਜੋਬਸ, ਫੀਲਡ ਦੇ ਵਿੱਚ ਟਾਰਗੇਟ ਦੀਆਂ ਜੋਬਸ, ਉਹੀ ਜੋਬਸ ਜ਼ਿਆਦਾ ਵੇਖਣ ਨੂੰ ਇੱਥੇ ਮਿਲੀਆਂ ਨੇ, ਇਹ ਉਹੀ ਰੁਜ਼ਗਾਰ ਮੇਲੇ ਆ ਜਿਨ੍ਹਾਂ 'ਤੇ ਕਦੇ ਆਮ ਆਦਮੀ ਪਾਰਟੀ ਵਿਰੋਧੀ ਧਿਰ 'ਚ ਹੁੰਦਿਆਂ ਤੰਜ ਕੱਸਦੀ ਰਹੀ ਹੈ, ਕਦੇ ਇਸ਼ਾਰੇ ਕਰਦੀ ਰਹੀ ਹੈ ਕਿ ਰੋਜ਼ਗਾਰ ਮੇਲੇ ਸਰਕਾਰ ਵੱਲੋਂ ਲਾਏ ਜਾ ਰਹੇ ਨੇ ਜਦੋਂ ਕਿ ਜੋਬਸ ਜਿਹੜੀਆਂ ਨੇ ਉਹ ਪ੍ਰਾਈਵੇਟ ਨੇ, ਫੀਲਡ ਦੀਆਂ ਜੋਬਸ ਨੇ, ਟਾਰਗੇਟ ਬੇਸ ਜੋਬਸ ਨੇ। ਸੋ ਉਹੀ ਕੁਝ ਸਾਨੂੰ ਨੌਜਵਾਨਾਂ ਤੋਂ ਸੁਣਨ ਨੂੰ ਮਿਲਿਆ। ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਜਿਵੇਂ ਰੋਜ਼ਗਾਰ ਮੇਲੇ ਲੱਗਦੇ ਨੇ ਅਸੀਂ ਦੇਖ ਰਹੇ ਹਾਂ ਕਿ ਜੇਕਰ ਮਲੋਟ ਦੇ ਵਿੱਚ ਨੌਜਵਾਨਾਂ 'ਚ ਇਹਨਾਂ ਰੋਜ਼ਗਾਰ ਮੇਲਿਆਂ ਨੂੰ ਲੈ ਕੇ ਉਤਸ਼ਾਹ ਘੱਟ ਸੀ ਤਾਂ ਇੱਥੇ ਵੀ ਕੋਈ ਬਹੁਤੀ ਗਿਣਤੀ ਦੇ ਵਿੱਚ ਨੌਜਵਾਨ ਪਹੁੰਚੇ ਨਹੀਂ ਲੱਗਦੇ। ਔਰ ਕਿਤੇ ਨਾ ਕਿਤੇ ਰੋਜ਼ਗਾਰ ਮੇਲਿਆਂ ਦੇ ਰੂਪ ਵਿੱਚ ਸਰਕਾਰ ਨੇ ਜੋ ਮੁਹਿੰਮ ਸ਼ੁਰੂ ਕੀਤੀ ਹੈ ਕਿਤੇ ਨਾ ਕਿਤੇ ਨੌਜਵਾਨਾਂ ਦਾ ਵਿਸ਼ਵਾਸ ਜਿਹੜਾ ਉਹਨਾਂ ਦੀਆਂ ਗੱਲਾਂ ਤੋਂ ਇਹਨਾਂ ਰੋਜ਼ਗਾਰ ਮੇਲਿਆਂ ਤੋਂ ਘਟਦਾ ਨਜ਼ਰ ਆਉਂਦਾ ਹੈ। ਜਗਬਾਣੀ ਲਈ ਕੁਲਦੀਪ ਸਿੰਘ ਰਿਨੀ, ਸ਼੍ਰੀ ਮੁਕਤਸਰ ਸਾਹਿਬ। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ। ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰੋ। ਧੰਨਵਾਦ।